ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁੱਖ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ, ਔਰ ਇਸ ਸ਼ਬਦ ਦਾ ਗਾਇਨ ਕੀਤਾ ਹੈ ਜੀ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਰਿਆੜ ਜੀ ਨੇ। ਔਰ ਅੱਜ ਅਸੀਂ ਇਸ ਸ਼ਬਦ ਨੂੰ ਭੈਣਾਂ ਦੇ ਸਕੇਲ ਦੇ ਉੱਪਰ ਸਿੱਖਾਂਗੇ ਜੀ। ਔਰ ਪਹਿਲਾਂ ਮੈਂ ਇਸ ਸ਼ਬਦ ਨੂੰ ਸੰਪੂਰਨ ਆਪਣੇ ਸਕੇਲ ਦੇ ਉੱਪਰ ਗਾਇਨ ਕਰਾਂਗਾ ਜੀ, ਉਸ ਤੋਂ ਬਾਅਦ ਭੈਣਾਂ ਦੇ ਸਕੇਲ ਦੇ ਉੱਪਰ ਇਸ ਸ਼ਬਦ ਨੂੰ ਅੱਜ ਅਸੀਂ ਸਿੱਖਾਂਗੇ ਜੀ। ਸ਼ੁਰੂ ਕਰਦੇ ਹਾਂ। ਦਰਸ਼ਨ ਪਾਏ ਜੀਓ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਸੰਤਰਸਨ ਹਰ ਨਾਮ ਵਖਾਨਾ, ਜਲ ਥਲ ਨੀਰ ਭਰੇ ਸਰ ਸੂਬਰ, ਬਿਰਥਾ ਕੋਇ ਨ ਜਾਏ ਜੀਓ, ਬਿਰਥਾ ਕੋਇ ਨ ਜਾਏ ਜੀਓ, ਕੋਈ ਨਾ ਜਾਏ ਜੀਓ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ।
संत सगले प्रित पारे मेहरवान कृपाल दयाला सगले त्रिपत जगाए दियो सगले त्रिपत जगाए दियो सगले त्रिपत जगाए दियो अमृत बाणी हर हर तेरी सुन सुन होवे परम गत मेरी सुन सुन होवे परम गत मेरी पूजाए जियो मन की आस पूजाए जियो मन की आस पूजाए जियो अमृत बाणी हर हर तेरी सुन सुन होवे परम गत मेरी सुन सुन होवे परम गत इस शब्द का स्केल जो मैं भैणा वास्ते रखिया है जी यह है मंदर सप्तक का चौथा गाला और इस शब्द नूं असी तीन ताल ताल दे विच गायन करना है जी अमृत जो है इत्थे आएगा इस सुर दे उपर दूसरे काले दे उपर मंदर सप्तक दे इत्थों स्टार्ट होएगा ਉੱਪਰ ਆਏਗੀ ਮੱਧ ਸਪਤਕ ਦੇ ਚੌਥੇ ਕਾਲੇ ਤੋਂ ਜਲਨ ਬੁਝੀ ਸੀਤਲ ਹੋਏ ਮਨੁਆ ਜਲਨ ਬੁਝੀ ਸਤਿਗੁਰ ਕਾ ਦਰਸ਼ਨ
ਦੁਬਾਰਾ ਫਿਰ ਦੇਖਣਾ ਜੀ ਇਹ। ਜਲ ਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਪਹਿਲਾ ਅੰਤਰਾ ਦੇਖਦੇ ਹਾਂ ਜੀ। ਸੁਖ ਪਿਆ ਦੁਖ ਦੂਰ ਪਰਾਨਾ, ਸੰਤਰਸਨ ਹਰ ਨਾਮ ਵਖਾਨਾ। ਸੁਖ ਪਿਆ ਦੁਖ ਦੂਰ ਪਰਾਨਾ, ਸੰਤਰਸਨ ਹਰ ਨਾਮ ਵਖਾਨਾ। ਦੂਸਰੀ ਲਾਈਨ। ਜਲ ਥਲ ਨੀਰ, ਜਲ ਥਲ ਨੀਰ ਪਰੇ ਪਰੇ ਸਰ ਸੁਭਰ, ਜਲ ਥਲ ਨੀਰ ਪਰੇ ਸਰ ਸੁਭਰ, ਬਿਰਥਾ ਕੋਈ ਨ ਜਾਏ ਜੀਉ, ਬਿਰਥਾ ਕੋਈ ਨ ਜਾਏ ਜੀਉ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਦਇਆ ਤਾਰੀ ਤਿੰਨ ਸਿਰਜਣ ਹਾਰੇ, ਜੀ ਜੰਤ ਸਗ ਜੀ ਜੰਤ ਸਗਲੇ ਪ੍ਰਤ ਪਾਰੇ, ਜੀ ਜੰਤ ਸਗਲੇ ਪ੍ਰਤ ਪਾਰੇ, ਦਇਆ ਤਾਰੀ ਤਿੰਨ ਸਿਰਜਣ ਹਾਰੇ, ਜੀ ਜੰਤ ਸਗਲੇ ਪ੍ਰਤ ਪਾਰੇ, ਮਿਹਰਵਾਨ ਕਿਰਪਾਲ ਦਇਆਲਾ, ਸਗਲੇ ਤ੍ਰਿਪਤ ਅਘਾਏ ਜੀਉ, ਸਗਲੇ ਤ੍ਰਿਪਤ ਅਘਾਏ ਜੀਉ, ਸਗਲੇ ਤ੍ਰਿਪਤ ਅਘਾਏ ਜੀਉ।
ਗੱਤ ਮੇਰੀ। ਆਖਰੀ ਅੰਤਰਾ ਹੈ ਜੀ, ਵਣ ਤ੍ਰਿਣ ਤ੍ਰੈ ਪਾਵਣ, ਵਣ ਤ੍ਰਿਣ ਤ੍ਰੈ ਪਾਵਣ, ਕੀਤੋਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ। ਗੁਰਮੁਖ ਨਾਨਕ ਕਿਸੈ ਅਰਾਦੇ, ਮਨ ਕੀ ਆਸ ਪੁਜਾਏ ਜੀਓ, ਮਨ ਕੀ ਆਸ ਪੁਜਾਏ ਜੀਓ, ਮਨ ਕੀ ਆਸ ਪੁਜਾਏ ਜੀਓ। ਜੀਓ ਥੋੜਾ ਜਿਹਾ ਫਾਸਟ ਕਹਿਣਾ ਹੈ। ਮਨ ਕੀ ਆਸ ਪੁਜਾਏ ਜੀਓ, ਜਲਨ ਬੁਝੀ ਸੀਤਲ ਹੋਏ ਮਨੁਆ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ, ਸਤਿਗੁਰ ਕਾ ਦਰਸ਼ਨ ਪਾਏ ਜੀਓ, ਭੁੱਲਾਂ ਚੁੱਕਾਂ ਦੀ ਮੁਆਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।